ਇੱਕ ਦੂਜੀ ਇੱਕ ਬਹੁਤ ਇੰਪੋਰਟੈਂਟ ਲੋਕ ਜਿਹੜਾ ਦਰਅਸਲ ਗੱਲ ਪੁੱਛਦੇ ਨੇ ਕਿ ਅਸੀਂ ਆਪਣੀ ਜਿਹੜੀ ਅੰਦਰੂਨੀ ਤਾਕਤ ਹੈ ਜਿਹਨੂੰ ਆਪਾਂ ਇਮਿਊਨਿਟੀ ਕਹਿੰਦੇ ਹਾਂ, ਉਹ ਵਧਾਉਣ ਲਈ ਅਸੀਂ ਕੀ ਕੁਛ ਕਰ ਸਕਦੇ ਹਾਂ? ਇਹਦੇ ਲਈ ਬਹੁਤ ਜ਼ਰੀਏ ਨੇ। ਇੱਕ ਤਾਂ ਅਸੀਂ ਆਪਣਾ ਖਾਣ ਪੀਣ ਜਾਂ ਸੌਣ ਦਾ ਟਾਈਮ ਨੈਚੁਰਲੀ, ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਘੱਟੋ ਘੱਟ ਸਾਨੂੰ 8 ਤੋਂ 10 ਘੰਟੇ ਦੀ ਸਲੀਪ ਬਹੁਤ ਜ਼ਰੂਰੀ ਹੈ ਲੈਣੀ। ਤਿੰਨੋਂ ਟਾਈਮ ਰੈਗੂਲਰ ਟਾਈਮ 'ਤੇ ਖਾਣਾ ਖਾਓ, ਪੌਸ਼ਟਿਕ ਖਾਣੇ ਖਾਓ, ਘਰ ਦੇ ਜਿਹੜੇ ਪਹਿਲਾਂ ਵੀ ਅਸੀਂ ਸਾਰੇ ਆਹਾਰ ਸੀਗੇ, ਫਲਾਂ ਦਾ ਸੇਵਨ ਕਰੋ। ਇਹ ਨੈਚੁਰਲ ਆਧਾਰ ਨੇ ਜਿਹਦੇ ਨਾਲ ਅਸੀਂ ਇਮਿਊਨਿਟੀ ਵਧਾ ਸਕਦੇ ਹਾਂ। ਬਾਕੀ ਹੋਰ ਇਸ ਟਾਈਮ 'ਚ ਜਿਵੇਂ ਆਪਾਂ ਵਿਟਾਮਿਨ ਸੀ ਕਹਿੰਦੇ ਹਾਂ, ਇਹ ਇਮਿਊਨਿਟੀ ਬੂਸਟਰ ਆ। ਕੈਲਸ਼ੀਅਮ, ਵਿਟਾਮਿਨ ਡੀ, ਬੀ ਕੰਪਲੈਕਸ, ਇਹ ਸਾਰੇ, ਜ਼ਿੰਕ, ਇਹ ਸਾਰੇ ਆਪਣੇ ਗਲੇ ਦੀ, ਆਪਣੇ ਸਰੀਰ ਦੀ ਇੱਕ ਬਹੁਤ ਇੰਪੋਰਟੈਂਟ ਮਾਈਕਰੋ ਨਿਊਟ੍ਰੀਐਂਟਸ ਨੇ ਅਤੇ ਸਾਡੀ ਇਮਿਊਨਿਟੀ ਨੂੰ ਬਹੁਤ ਬੜਾਵਾ ਦਿੰਦੇ ਨੇ, ਜਿਹੜਾ ਕਿ ਇਸ ਮਹਾਮਾਰੀ ਨੂੰ ਲੜਨ ਨੂੰ ਸਾਡਾ ਬਹੁਤ ਜ਼ਿਆਦਾ ਸਹਾਇਕ ਰਹੂਗਾ।